ਹਾਂਜੀ ਦੀਪ ਜੀ, ਅੱਜ ਕਿੱਥੇ ਪਹੁੰਚੇ ਹੋ ਸਾਰਾ ਪਹਿਲਾਂ ਦੱਸ ਦਿਓ, ਉਸ ਤੋਂ ਬਾਅਦ ਫਿਰ ਆਪਾਂ ਅਗਲੀ ਗੱਲਬਾਤ ਦੱਸ ਦਿਓ। ਸਭ ਤੋਂ ਪਹਿਲਾਂ ਤਾਂ ਨਮਸਕਾਰ ਜੀ, ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਆਰਬੀ ਲਾਈਵ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਪਿੰਡ ਫਾਜ਼ਿਲਕਾ ਹਲਕੇ ਦੇ ਪਿੰਡ ਬਾਧਾ ਦੇ ਵਿੱਚ ਮੌਜੂਦ ਹਾਂ। ਇੱਕ ਇੱਥੋਂ ਦਾ ਬਹੁਤ ਹੀ ਵੱਡਾ ਇਸ਼ੂ ਹੈ ਜਿਹਨੂੰ ਲੈ ਕੇ ਅਸੀਂ ਤੁਹਾਡੇ ਸਨਮੁਖ ਜਿਹੜਾ ਹੋਣ ਲੱਗੇ ਹਾਂ। ਇਹ ਮਸਲਾ ਕੀ ਹੈ ਮੈਂ ਮਾੜਾ ਜਿਹਾ ਦੱਸ ਦਿੰਦਾ, ਬਾਕੀ ਆਪਾਂ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਫਿਰ ਤੁਹਾਡੇ ਨਾਲ ਬਰੀਫ ਦੇ ਵਿੱਚ ਇਹ ਮਸਲਾ ਦੱਸਾਂਗੇ। ਇੱਕ ਕਮਿਊਨਿਟੀ ਹਾਲ ਬਣਿਆ ਜੀ ਇੱਥੇ 1/1/22 ਤੋਂ ਲੈ ਕੇ 5/4/2022 ਤੱਕ ਬਾਧਾ ਪਿੰਡ ਦੇ ਵਿੱਚ, ਤੇ ਮੈਂ ਤੁਹਾਨੂੰ ਨਾਲ ਇਹ ਵੀ ਦੱਸਦਾ ਵੀ 1/1/22 ਤੋਂ ਲੈ ਕੇ 5/4/22 ਤੱਕ ਇਹ ਕਮਿਊਨਿਟੀ ਹਾਲ ਬਣਿਆ ਜਿਹਦੇ ਤੇ 5 ਲੱਖ ਰੁਪਏ ਦੀ ਜਿਹੜੀ ਐਮਪੀ ਲੈਂਡ ਦਾ ਫੰਡ ਜਿਹੜਾ ਲੱਗਿਆ। ਪਰ ਇਹਦੇ ਵਿੱਚ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਰੀਕ ਨੂੰ ਚੋਣ ਜ਼ਾਬਤਾ ਲੱਗਿਆ ਹੋਇਆ ਸੀ, ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਜਦੋਂ 2022 ਦੀਆਂ ਚੋਣਾਂ ਹੋਈਆਂ, ਪਰ ਉਸ ਸਮੇਂ ਇਹ ਜਿਹੜਾ ਕਮਿਊਨਿਟੀ ਹਾਲ ਬਣਿਆ। ਮਸਲਾ ਇਹ ਹੈ ਕਿ ਇਹ ਕਮਿਊਨਿਟੀ ਹਾਲ ਕਿੱਥੇ ਹੈ ਉਹ ਲੱਭਣ ਵਾਸਤੇ ਲੋਕਾਂ ਨੂੰ ਪੁੱਛਣਾ ਪਊਗਾ ਪਹਿਲਾਂ, ਉਸ ਤੋਂ ਬਾਅਦ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਪਹਿਲਾਂ ਲੱਭ ਲਈਏ ਨਾ, ਹਾਂ ਪਹਿਲਾਂ ਲੱਭ ਲਈਏ ਜੀ, ਪੁੱਛ ਲਈਏ ਵੀ ਕਮਿਊਨਿਟੀ ਹਾਲ ਹੈ ਕਿੱਥੇ ਜੀ। ਹਾਂਜੀ ਹਾਂਜੀ, ਪਹਿਲਾਂ ਤਾਂ ਉਹਦੀ ਹਾਲਤ ਵੀ ਕਿਤੇ ਖੰਡਨ ਤਾਂ ਨਹੀਂ ਹੋ ਗਿਆ ਜਾਂ ਕੁਛ। ਹਾਂਜੀ ਹਾਂਜੀ, ਕਿਹੋ ਜੀ ਹਾਲਤ ਦੇ ਵਿੱਚ ਹੈ ਪਹਿਲਾਂ ਉਹਦੀ ਹਾਲਤ ਦੇਖ। ਹਾਂ ਬਿਲਕੁਲ, ਫਿਰ ਉਸ ਤੋਂ ਬਾਅਦ ਕਰਦੇ ਹਾਂ। ਬਿਲਕੁਲ, ਦੀਪ ਕੰਬੋ ਸਾਡੇ ਨਾਲ ਮੌਜੂਦ ਹੈ ਤੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕਮਿਊਨਿਟੀ ਹਾਲ ਜਿਹੜਾ ਹੈ ਇੱਥੇ ਪਿੰਡ ਬਾਧਾ ਦੇ ਵਿੱਚ ਬਣਾਇਆ ਗਿਆ ਸੀ। 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਵੀ ਜਿਹੜੀ ਐਮਪੀ ਕੋਟੇ ਤੋਂ ਜਿਹੜੀ ਦਿੱਤੀ ਗਈ ਸੀ। ਤਾਂ ਪਿੰਡ ਦੇ ਲੋਕ ਇੱਥੇ ਬੈਠੇ ਆ, ਇਹਨਾਂ ਨੂੰ ਪੁੱਛਦੇ ਆ ਕਿ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਕਿੱਥੇ ਬਣਿਆ, ਤਾਂ ਕਿ ਉਹਦੀ ਹਾਲਤ ਨੂੰ ਦੇਖਿਆ ਜਾ ਸਕੇ, ਕਿਸ ਤਰ੍ਹਾਂ ਦਾ ਬਣਾਇਆ ਗਿਆ ਸੀ ਉਹ ਪੂਰਾ ਜਿਹੜਾ ਦੇਖਿਆ ਜਾ ਸਕੇ, ਉਸ ਤੋਂ ਬਾਅਦ ਪੂਰੇ ਮਾਮਲੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਅਸੀਂ ਦੇਵਾਂਗੇ ਜੀ। ਤਾਂ ਪਿੰਡ ਦੇ ਲੋਕ ਹੋਰ ਜੀ ਕੀ ਹਾਲ ਹੈ ਜੀ, ਹੋਰ ਜੀ ਕੀ ਹਾਲ ਹੈ ਜੀ, ਹੋਰ ਜੀ ਨਮਸਕਾਰ, ਠੀਕ ਹੋ ਸਾਰੇ। ਇੱਥੇ ਇੱਕ ਕਮਿਊਨਿਟੀ ਹਾਲ ਬਣਿਆ ਜੀ, ਬਣਿਆ ਕੋਈ ਕਮਿਊਨਿਟੀ ਹਾਲ ਜਿਹੜਾ 2 ਸਾਲ ਪਹਿਲਾਂ 5 ਲੱਖ ਦੀ ਗ੍ਰਾਂਟ ਨਾਲ ਬਣਿਆ ਕਿਤੇ ਨੇੜੇ ਤੇੜੇ, ਜਿੱਥੇ ਤੁਸੀਂ ਕੋਈ ਵਿਆਹ ਸ਼ਾਦੀ ਕਰ ਸਕੋ, ਕੋਈ ਪ੍ਰੋਗਰਾਮ ਕਰ ਸਕੋ, ਕੋਈ ਨਵੀਂ ਬਿਲਡਿੰਗ ਬਣੀ ਪਿੰਡ 'ਚ ਕਿਤੇ? ਇਹਦੇ 'ਚ ਤਾਂ ਬਣਿਆ ਕਾਗਜ਼ਾਂ 'ਚ, ਉਹ ਲੱਭ ਰਹੇ ਹਾਂ ਅਸੀਂ, ਤੁਹਾਨੂੰ ਪੁੱਛ ਰਹੇ ਹਾਂ ਵੀ ਕਿੱਥੇ ਬਣਿਆ ਉਹ। ਅੰਕਲ ਬਣਿਆ ਤੇ ਕੋਈ ਕਮਿਊਨਿਟੀ ਹਾਲ ਨਹੀਂ, ਕੋਈ ਨਹੀਂ ਬਣਿਆ ਜੀ। ਹਾਂਜੀ ਬਣਿਆ ਕੋਈ? ਨਹੀਂ ਜੀ ਨਹੀਂ ਬਣਿਆ। ਹਾਂਜੀ ਨਹੀਂ ਬਣਾ, ਫਿਰ ਨਹੀਂ ਬਣਾ ਜੀ, ਦੇਖਿਓ ਕਿਤੇ ਨਹੀਂ, ਕੋਈ ਨੇੜੇ ਤੇੜੇ ਨਹੀਂ ਹੈ, ਕੋਈ ਨੇੜੇ ਤੇੜੇ ਨਹੀਂ। ਅੰਕਲ ਨੂੰ ਪੁੱਛਦੇ ਆ, ਅੰਕਲ ਨਹੀਂ ਪਤਾ ਹੈਗਾ, ਪਤਾ ਕਿ ਨਹੀਂ? ਨਾ ਸਾਨੂੰ ਕੋਈ ਬਣਿਆ ਨਹੀਂ, ਬਣਿਆ ਨਹੀਂ। ਸਦੀਪ ਜੀ ਇਹਨਾਂ ਦਾ ਪਤਾ ਨਹੀਂ, ਫਿਰ ਲੱਭਣਾ ਪੈਣਾ ਹੁਣ ਕਿਸੇ, ਲੱਭਦੇ ਆ ਆਪਾਂ। ਇਹ ਵੀਰ ਜੀ ਨੂੰ ਪੁੱਛ ਲਈਏ, ਹਾਂ ਪੁੱਛ ਲਓ, ਮਾਰੋ ਵੀਰ ਜੀ 2 ਮਿੰਟ ਆਇਆ ਜੀ, ਪਿੰਡ ਦੇ ਹੀ ਹੋ? ਅੱਛਾ ਪਿੰਡ ਦੇ ਨਹੀਂ, ਮਾਤਾ ਜੀ ਨੂੰ ਪੁੱਛਦੇ ਆ, ਇਹਨਾਂ ਨੂੰ ਜ਼ਰੂਰ ਪਤਾ ਹੈਗਾ। ਮਾਤਾ ਜੀ ਨੂੰ ਪੁੱਛ ਲਓ, ਅੱਛੀ ਗਿਆ ਮਾਤਾ ਜੀ, ਸਤਿ ਸ਼੍ਰੀ ਅਕਾਲ। ਮਾਤਾ ਜੀ ਇੱਥੇ ਕੋਈ ਕਮਿਊਨਿਟੀ ਹਾਲ ਬਣਿਆ ਪਿੰਡ 'ਚ, ਕੋਈ ਕੋਈ ਬਿਲਡਿੰਗ ਬਣੀ ਹੋਵੇ ਜਿੱਥੇ ਕੋਈ ਵਿਆਹ ਸ਼ਾਦੀ ਵਾਸਤੇ ਪ੍ਰੋਗਰਾਮ ਕਰਨ ਵਾਸਤੇ ਕੋਈ ਨਵੀਂ ਬਿਲਡਿੰਗ ਬਣੀ ਹੈ 2 ਸਾਲ ਪਹਿਲਾਂ? ਇਹ ਤਾਂ ਬਹੁਤ ਪੁਰਾਣਾ, ਇੱਥੇ ਤਾਂ ਕੁਛ ਬਣਿਆ ਵੀ ਨਹੀਂ, ਇਹ ਤਾਂ ਖਾਲੀ ਹੈ ਨਾ। ਮਾਰ ਲੋ ਨਿਗਾਹ ਕੀਤਾ, ਇੱਥੇ ਕੁਛ ਬਣ ਗਿਆ ਹੋਵੇ ਜੀ। ਕੀ ਹਾਲ ਹੈ ਜੀ, ਪਿੰਡ ਦੇ ਹੋ? ਹੋਰ ਠੀਕ ਠਾਕ ਹੈ? ਇੱਥੇ ਕੋਈ ਕਮਿਊਨਿਟੀ ਹਾਲ ਬਣਿਆ ਪਿਛਲੇ 1-2 ਸਾਲਾਂ 'ਚ? 5 ਲੱਖ ਦੀ ਗ੍ਰਾਂਟ ਨਾਲ ਕੋਈ ਬਣਿਆ ਹੋਵੇ ਜਿੱਥੇ ਕੋਈ ਵਿਆਹ ਸ਼ਾਦੀ ਕਰਨ ਵਾਸਤੇ ਕਮਿਊਨਿਟੀ ਹਾਲ, ਜਾਂ ਕੋਈ ਪ੍ਰੋਗਰਾਮ ਕਰਨ ਵਾਸਤੇ ਕੋਈ ਨਵੀਂ ਬਿਲਡਿੰਗ ਬਣੀ ਹੋਵੇ ਪਿੰਡ ਬਾਧਾ 'ਚ? ਕੋਈ ਨਹੀਂ ਵੇਖਿਆ, ਆ ਕਾਗਜ਼ਾਂ 'ਚ ਬਣਿਆ ਹੋਇਆ, ਤਾਂ ਕਰਕੇ ਅਸੀਂ ਲੱਭ ਰਹੇ ਹਾਂ, ਤੁਹਾਨੂੰ ਪੁੱਛ ਰਹੇ ਹਾਂ, ਸ਼ਾਇਦ ਬਣਿਆ ਹੋਵੇ। 5 ਲੱਖ ਦੀ ਬਿਲਡਿੰਗ ਬਣੀ ਹੋਈ ਹੈ, 5 ਲੱਖ ਦੀ ਜ਼ਿਆਦਾ
5 ਲੱਖ ਦੀ ਨਹੀਂ ਜ਼ਿਆਦਾ ਤਾਂ ਜਿਹੜੀ ਹੈਗੀ ਆ ਉਹ ਤਾਂ ਬਣੀ ਹੋਈ ਹੈ ਕਦੋਂ ਬਣੀ ਹੈ ਹੁਣ ਹੋਗਾ 2-3 ਸਾਲ ਹੋਗਾ ਕਿੱਥੇ ਬਣੀ ਹੈ ਉਹ ਆਪਣਾ ਬਾਹਰ ਰਹਿ ਗਿਆ ਅਨਾ ਪਪਾਰ ਕੀ ਬਣਿਆ ਉੱਥੇ ਉਹ ਬਣਾਇਆ ਵਿਆਹ ਸ਼ਾਦੀ ਵਾਸਤੇ ਪੈਲਸ ਬਣਾਇਆ ਪੈਲਸ ਬਣਾਇਆ ਅੱਛਾ ਕੋਈ 70-75 ਲੱਖ ਆਇਆ ਸੀ ਪਿੰਡ ਦਾ ਅੱਛਾ ਉੱਥੇ ਲੱਗਿਆ ਅੱਛਾ ਉਹ ਤਾਂ ਫਿਰ ਅਲੱਗ ਮਸਲਾ ਹੋ ਗਿਆ ਨਾ ਇਹ 5 ਲੱਖ ਦੀ ਗ੍ਰਾਂਟ ਨਾਲ ਇਹਨਾਂ ਨੇ ਕਮਿਊਨਿਟੀ ਹਾਲ ਬਣਾਇਆ ਬਾਦਾ ਪਿੰਡ 'ਚ ਨਹੀਂ ਪਤਾ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਅੰਕਲ ਅੰਕਲ ਇੱਥੇ ਕੋਈ ਕਮਿਊਨਿਟੀ ਹਾਲ ਬਣਿਆ ਪਿਛਲੇ 2 ਸਾਲਾਂ 'ਚ 5 ਲੱਖ ਦੀ ਗ੍ਰਾਂਟ ਨਾਲ ਯਾਰ ਆਪਾਂ ਨੂੰ ਕੋਈ ਪਤਾ ਨਹੀਂ ਕੀ ਹਾਲ ਹੈ 5 ਲੱਖ ਦੀ ਗ੍ਰਾਂਟ ਨਾਲ 2 ਸਾਲ ਪਹਿਲਾਂ ਬਣਿਆ ਕਿਤੇ ਪਿੰਡ 'ਚ ਨਹੀਂ ਧਿਆਨ 'ਚ ਬਣਿਆ ਹੁੰਦਾ ਤਾਂ ਧਿਆਨ 'ਚ ਹੋਣਾ ਸੀ ਹਨਾ ਬਣਿਆ ਹੀ ਨਹੀਂ ਬਾਂਸਲ ਸਾਹਿਬ ਜੀ ਬਣਿਆ ਹੁੰਦਾ ਤਾਂ ਧਿਆਨ 'ਚ ਹੋਣਾ ਸੀ ਜਿੰਨੇ ਵੀ ਸਾਥੀਆਂ ਨੂੰ ਮਿਲੇ ਸਾਰਿਆਂ ਨੇ ਕਿਹਾ ਬਣਿਆ ਨਹੀਂ ਹਾਂਜੀ ਹਾਂਜੀ ਠੀਕ ਹੈ ਇਹ ਲੱਭਦੇ ਆ ਕਿੱਥੇ ਬਣਿਆ ਪੈਸੇ ਕਢਾ ਲਏ ਇਹਦੇ ਵਰਤ ਲਏ ਪਰ ਉਹ ਬਣਿਆ ਨਹੀਂ ਪਿੰਡ 'ਚ ਉਹ ਲੱਭਦੇ ਆ ਤਾਂ ਹੀ ਤੁਹਾਨੂੰ ਪੁੱਛਦੇ ਸ਼ਾਇਦ ਬਣਿਆ ਹੋਵੇ ਕਿਤੇ ਸਾਨੂੰ ਨਾ ਪਤਾ ਹੋਵੇ ਬਣਿਆ ਨਹੀਂ ਪਰ ਸਾਰੇ ਪਿੰਡ ਵਾਲੇ ਕਹਿੰਦੇ ਬਣਿਆ ਨਹੀਂ ਜੀ ਠੀਕ ਹੈ ਥੈਂਕ ਯੂ ਹਾਂਜੀ ਦੀਪ ਜੀ ਹੁੰਦਾ ਬਹੁਤ ਜ਼ਿਆਦਾ ਪੁੱਛ ਲਿਆ ਆਪਾਂ ਤੇ ਕਹਿੰਦੇ ਵੀ ਪਤਾ ਹੀ ਨਹੀਂ ਕਿਤੇ ਨੂੰ ਬਾਂਸਲ ਸਾਹਿਬ ਇਹ ਬੜਾ ਹੈਰਾਨੀਜਨਕ ਮਸਲਾ ਹੈ ਹੈਰਾਨੀਜਨਕ ਤਾਂ ਹੈ ਕਿ ਆਹ ਮੈਂ ਤੁਹਾਨੂੰ ਇੱਕ ਜਿਹੜਾ ਕਾਗਜ਼ ਹੈ ਮੈਂ ਦਿਖਾਉਣਾ ਡਿਸਪਲੇ ਤੇ ਇਹ RTI ਰਾਹੀਂ ਲਈ ਹੋਈ ਸੂਚਨਾ ਹੈ ਇਹ ਮੈਂ ਨਹੀਂ ਬੋਲ ਰਿਹਾ ਇਹ ਕਾਗਜ਼ ਬੋਲ ਰਿਹਾ DDPO ਆਫਿਸ ਫਾਜ਼ਿਲਕਾ ਦੇ ਆ ਥੱਲੇ DDPO ਸਾਹਿਬ ਦੇ ਆ ਦੇਖੋ ਸਟੰਪ ਲੱਗੀ ਹੋਈ ਹੈ ਉੱਪਰ ਸਾਈਨ ਲੱਗੀ ਹੋਈ ਹੈ ਉਹਨਾਂ ਦੇ ਆਫਿਸ ਦੀ ਤਾਂ ਇਹ ਕਾਗਜ਼ ਬੋਲ ਰਹੇ ਮੈਂ ਨਹੀਂ ਬੋਲ ਰਿਹਾ ਇਹਦੇ ਵਿੱਚ ਇਹ ਕੀ ਲਿਖਦੇ ਹੈ ਕਿ ਨੇਮ ਆਫ MP ਸੁਖਵੀਰ ਸਿੰਘ ਬਾਦਲ ਲੋਕ ਸਭਾ ਕੰਸਟੀਚੁਐਂਸੀ ਥੱਲੇ ਲਿਖਿਆ ਇੰਪਲੀਮੈਂਟਿੰਗ ਏਜੰਸੀ BDPO ਥੱਲੇ ਲਿਖਿਆ ਐਗਜ਼ੀਕਿਊਟਿਵ ਏਜੰਸੀ ਜਿਹੜੀ ਹੈ ਉਹ ਗ੍ਰਾਮ ਪੰਚਾਇਤ ਬਾਦਾ ਉਹਦੇ ਥੱਲੇ ਲਿਖਿਆ ਨੇਮ ਆਫ ਵਰਕ ਲਿਖਿਆ ਕਮਿਊਨਿਟੀ ਹਾਲ ਉਹਦੇ ਅੱਗੇ ਲਿਖਿਆ ਪ੍ਰੋਪਰ ਲੋਕੇਸ਼ਨ ਜਿਹੜੀ ਇਸ ਇਹਦੀ ਕਮਿਊਨਿਟੀ ਹਾਲ ਦੀ ਹੈ ਉਹ ਬਾਦਾ ਹੈ ਅੱਗੇ ਲਿਖਿਆ ਇਹਦੀ ਤਹਿਸੀਲ ਫਾਜ਼ਿਲਕਾ ਹੈ ਅਸੈਂਬਲੀ ਫਾਜ਼ਿਲਕਾ ਹੈ ਤੇ ਉਹ ਕਹਿੰਦੇ ਵੀ MPLAD ਸਕੀਮ ਦੇ ਤਹਿਤ 5 ਲੱਖ ਰੁਪਏ ਸੈਂਕਸ਼ਨ ਹੋਏ ਹੈ ਹੁਣ ਇਹ 5 ਲੱਖ ਰੁਪਏ ਸੈਂਕਸ਼ਨ ਹੋਏ ਹੈ ਜਿਹੜੀ ਮੈਂ ਹੈਰਾਨੀਜਨਕ ਗੱਲ ਕਹਿ ਰਿਹਾ ਉਹ ਜਿਹੜੀ ਇਹ ਕਹਿੰਦੇ ਡੇਟ ਆਫ ਵਰਕ ਸਟਾਰਟ ਕੰਮ ਸ਼ੁਰੂ ਹੋਣ ਦੀ ਮਿਤੀ ਕਹਿੰਦੇ 1-1-2022 ਜਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਵਿਧਾਨ ਸਭਾ ਦੀਆਂ ਚੋਣਾਂ ਦਾ ਅੱਗੇ ਲਿਖਿਆ ਡੇਟ ਆਫ ਵਰਕ ਕੰਪਲੀਟਡ ਉਹ ਲਿਖਿਆ 5-4-2022 ਤਾਂ ਇਹ 3 ਮਹੀਨਿਆਂ ਦੇ ਵਿੱਚ ਇਹ ਕੰਮ ਜਿਹੜਾ ਇਹ ਕੰਪਲੀਟ ਹੋ ਜਾਂਦਾ ਉਹ 3 ਮਹੀਨੇ ਉਹ ਸੀ ਜਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ 5 ਲੱਖ ਦੀ ਗ੍ਰਾਂਟ ਆਉਂਦੀ ਹੈ ਉਸ 3 ਮਹੀਨਿਆਂ 'ਚ ਕਢਾਈ ਜਾਂਦੀ ਹੈ ਜਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਇਸ ਕੰਮ ਵਾਸਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਇਹ ਹੈ ਵੀ ਉਹ ਕਮਿਊਨਿਟੀ ਹਾਲ ਕਿੱਥੇ ਆ ਉਹ ਲੱਭ ਨਹੀਂ ਰਿਹਾ ਪਿੰਡ ਦੇ ਬਹੁਤ ਸਾਰੇ ਵੀਰ ਭੈਣਾਂ ਭਰਾ ਨੌਜਵਾਨਾਂ ਨੂੰ ਵੀ ਪੁੱਛਿਆ ਆਪਾਂ ਬਜ਼ੁਰਗਾਂ ਨੂੰ ਵੀ ਪੁੱਛਿਆ ਸਾਰਿਆਂ ਨੇ ਕਿਹਾ ਵੀ ਪਤਾ ਹੀ ਨਹੀਂ ਉਹ ਕਿੱਥੇ ਆ ਕਮਿਊਨਿਟੀ ਹਾਲ ਕਿਤੇ ਵੀ ਨਹੀਂ ਹੈ ਇਹ ਸਾਹਮਣੇ ਜਿੱਥੇ ਆਪਾਂ ਖੜੇ ਪੰਚਾਇਤ ਘਰ ਹੈ ਤਾਂ ਇੱਕ ਭਰਾਈ ਸਾਹਿਬ ਨੇ ਇੱਕ ਬਿਲਡਿੰਗ ਦਾ ਜ਼ਿਕਰ ਕੀਤਾ ਉਹ ਕੋਈ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਤਾਂ ਸਵਾਲ ਕਿੱਥੇ ਖੜੇ ਹੁੰਦੇ ਹੈ ਕਿ ਸਾਡੇ ਮਾਨਯੋਗ DC ਸਾਹਿਬ ਇਸੇ ਕੰਸਟੀਚੁਐਂਸੀ 'ਚ ਉਹਨਾਂ ਦਾ ਆਫਿਸ ਹੈ ਫਾਜ਼ਿਲਕਾ ਹੈੱਡਕੁਆਟਰ ਹੈ ਸਾਡੇ ਏਡੀਸੀ ਸਾਹਿਬ ਇਸੇ ਹੈੱਡਕੁਆਟਰ ਤੇ ਬੈਠਦੇ ਆ ਫਾਜ਼ਿਲਕਾ BDPO ਦਫ਼ਤਰ ਇੱਥੇ ਹੀ ਹੈ ਫਾਜ਼ਿਲਕਾ ਸਾਰੇ ਆਫਿਸ ਇੱਥੇ ਹੋਣ ਦੇ ਬਾਵਜੂਦ 5 ਲੱਖ ਰੁਪਏ ਦੀ ਦੁਰਵਰਤੋਂ ਹੀ ਨਹੀਂ ਗਬਨ ਕਵਾਂਗਾ ਕਿਉਂਕਿ ਜਿਹੜੇ ਇੰਪਲੀਮੈਂਟੇਸ਼ਨ ਨਹੀਂ ਹੋਈ ਕੋਈ ਕੰਮ ਹੋਇਆ ਹੀ ਨਹੀਂ ਤੇ ਤੁਸੀਂ ਪੈਸੇ ਕਢਾ ਕੇ ਵਰਤ ਲੈਂਦੇ ਹੋ ਉਹ ਕਿੱਥੇ ਗਏ
ਇਹ ਤੋਂ ਬਾਅਦ ਤੁਸੀਂ ਜਿਹੜੇ ਨਾਲ ਬਿੱਲ ਲਾਏ ਹੈ ਉਹਨਾਂ ਦੇ ਉੱਪਰ ਕਿਤੇ ਵੀ ਬਿੱਲਾਂ ਦੇ ਉੱਪਰ ਡੇਟ ਨਹੀਂ, ਬਹੁਤ ਸਾਰੇ ਬਿੱਲਾਂ ਦੇ ਉੱਪਰ ਨਹੀਂ ਹੈ, ਕੁਛ ਬਿੱਲਾਂ ਦੇ ਉੱਪਰ ਡੇਟ ਹੈਗੀ ਹੈ, ਪਰ ਬਹੁਤ ਸਾਰੇ ਬਿੱਲਾਂ ਦੇ ਉੱਪਰ ਡੇਟ ਹੀ ਨਹੀਂ ਹੈ। ਵਿਦਆਊਟ ਡੇਟ ਬਿੱਲ ਕੱਟ ਕੇ ਜਿਹੜਾ ਪੂਰਾ ਇਹ ਜਿਹੜਾ 5 ਲੱਖ ਰੁਪਈਆ ਉਹ ਪੂਰਾ ਕਰ ਦਿੱਤਾ ਜਾਂਦਾ। ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚ ਜ਼ਿਆਦਾਤਰ ਬਿੱਲ ਜਿਹੜੇ ਲੱਗੇ ਹੈ ਜਿਹੜੇ ਬਾਏ ਹੈਂਡਡ ਬਣੇ ਹੋਏ ਹੈ, ਜਿਹਦੇ ਵਿੱਚ ਸਰਪੰਚ ਸਾਹਿਬ ਨੇ ਲਿਖਿਆ ਹੋਇਆ ਕਿ ਮੇਰੇ ਤੋਂ ਕੈਸ਼ ਲੈ ਗਏ। ਸਰਪੰਚ ਕੋਲ ਕੀ ਅਧਿਕਾਰ ਹੈ ਕਿ 20-25 ਹਜ਼ਾਰ ਦੀਆਂ ਪੇਮੈਂਟਾਂ ਉਹ ਖੁਦ ਕਢਾ ਕੇ ਤੇ ਲੇਬਰ ਨੂੰ ਦੇਣ? ਉਹਨਾਂ ਨੇ ਆਪਦੇ ਵੱਲੋਂ ਇੱਕ ਰਸੀਦ ਬਣਾ ਕੇ ਉਹਦੇ ਉੱਪਰ ਜਿਹੜੇ ਬੰਦੇ ਨੂੰ ਪੈਸੇ ਦਿੱਤੇ ਉਹਦੇ ਸਾਈਨ ਕਰਵਾ ਕੇ 25-25 ਹਜ਼ਾਰ ਦੀਆਂ ਜਿਹੜੀਆਂ ਉਹਨਾਂ ਨੂੰ ਨਗਦ ਅਦਾਇਗੀਆਂ ਕੀਤੀਆਂ। ਕੀ ਅਧਿਕਾਰ ਸੀ ਨਗਦ ਅਦਾਇਗੀਆਂ ਕਰਨ ਦਾ? ਇਹਨਾਂ ਨੂੰ ਨਗਦ ਅਦਾਇਗੀਆਂ ਕੀਤੀਆਂ ਤੇ ਲੇਬਰ ਤੋਂ ਜਿਹੜਾ ਮਨਰੇਗਾ ਦੇ ਤਹਿਤ ਵੀ ਬਹੁਤ ਸਾਰੇ ਫੰਡ ਜਿਹੜੇ ਹੈ ਇਹਦੇ ਵਿੱਚੋਂ ਵਰਤੇ ਗਏ ਹੈ। ਇਹ ਖੁਲਾਸਾ ਕਦੋਂ ਹੋਇਆ? ਮੇਰੇ ਨਾਲ ਇਹ ਭਰਾ ਜੀ ਖੜੇ ਹੈ ਜਿਨ੍ਹਾਂ ਨੇ ਆਰ ਟੀ ਆਈ ਲਾ ਕੇ ਸੁਭਾਸ਼ ਜੀ ਨੇ ਇਹ ਜਿਹੜਾ ਇਹ ਡਾਟਾ ਸਾਡੇ ਸਾਹਮਣੇ ਲਿਆਂਦਾ, ਇਹ ਅੰਕੜੇ ਸਾਡੇ ਸਾਹਮਣੇ ਲਿਆਂਦੇ ਹੈ। ਤਾਂ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਾਰੇ ਆਫਿਸਰਸ ਦੀ ਨੱਕ ਦੇ ਥੱਲੇ, ਮੈਂ ਵਾਰ ਵਾਰ ਕਹਿੰਦਾ, ਡੀ ਸੀ ਸਾਹਿਬ ਇੱਥੇ ਬੈਠੇ ਹੈ, ਏ ਡੀ ਸੀ ਸਾਹਿਬ ਇੱਥੇ ਬੈਠੇ ਹੈ, ਬੀ ਡੀ ਪੀ ਓ ਡੀ ਡੀ ਪੀ ਓ ਸਾਰੇ ਡਿਸਟ੍ਰਿਕਟ ਆਫਿਸਰ ਇੱਥੇ ਬੈਠੇ ਹੈ, ਉਹਨਾਂ ਦੇ ਨੱਕ ਦੇ ਥੱਲੇ 5 ਲੱਖ ਰੁਪਏ ਦੀ ਦੁਰਵਰਤੋਂ ਵੀ ਨਹੀਂ, ਗਬਨ ਜਿਹੜਾ ਹੈ ਉਹ ਅਫਸਰਾਂ ਵੱਲੋਂ ਕੀਤਾ ਜਾਂਦਾ। ਇਹ ਜਿਹੜੀ ਬਿਲਡਿੰਗ ਦਾ ਇਹ ਗੱਲ ਕਰ ਰਹੇ ਉਹ ਕਿਤੇ ਲੱਭ ਨਹੀਂ ਰਹੀ। ਤਾਂ ਇਹਦੇ ਵਾਸਤੇ ਅੱਜ ਅਸੀਂ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਇਹ ਗੱਲ ਪਹੁੰਚਾ ਰਹੇ ਹਾਂ। ਤੁਸੀਂ ਦੇਖੋ ਪੰਜਾਬ ਕਿਵੇਂ ਬਚੇਗਾ, ਚਾਹੇ ਕੈਪਟਨ ਸਾਹਿਬ ਦੀ ਸਰਕਾਰ ਪਹਿਲਾਂ ਕਾਂਗਰਸ ਦੀ ਸੀ, ਫਿਰ ਸੁਖਬੀਰ ਆਪਣੇ ਬਾਦਲ ਸਾਹਿਬ ਸੀ, ਹੁਣ ਭਗਵੰਤ ਮਾਨ ਜੀ ਆਏ, ਪਰ ਪੰਜਾਬ ਕਿਵੇਂ ਬਚੂਗਾ? ਪੰਜਾਬ ਤਾਂ ਹੀ ਬਚੂਗਾ ਜੇ ਕਰਪਸ਼ਨ ਰਹਿਤ ਕਰਾਂਗੇ। ਕਰਪਸ਼ਨ ਰਹਿਤ ਕਦੋਂ ਹੋਏਗਾ? ਜਦੋਂ ਇਹੋ ਜਿਹੇ ਲੋਕਾਂ ਨੂੰ ਨੱਥ ਪਊਗੀ। ਅੱਜ ਇਹਨਾਂ ਲੋਕਾਂ ਤੇ ਕਾਰਵਾਈ ਕਰਨ ਦੀ ਲੋੜ ਹੈ, ਪਰ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਵੀ ਜਦੋਂ ਵੀ ਕੋਈ ਇਹੋ ਜਿਹਾ ਖੁਲਾਸਾ ਕਰਦੇ ਹਾਂ ਅਸੀਂ ਲੱਭ ਕੇ ਲਿਆਉਣੇ ਹੈ। ਸਾਡੇ ਹੀ MLA ਜਿਹੜੇ ਭਗਵੰਤ ਮਾਨ ਜੀ ਕਹਿੰਦੇ ਆ ਵੀ ਅਸੀਂ 0 ਟੋਲਰੈਂਸ ਅਗੇਂਸਟ ਦਾ ਕਰਪਸ਼ਨ, ਸਾਡੇ ਹੀ MLA ਉਸ ਕੰਮ ਤੇ ਲੱਗ ਜਾਂਦੇ ਆ ਵੀ ਇਹ ਸਰਪੰਚ ਸਾਡਾ ਜੀ, ਉਹ ਅਫਸਰ ਸਾਡਾ ਜੀ, ਇਹਨੂੰ ਕੁਛ ਹੋਣ ਨਹੀਂ ਦੇਣਾ, ਇਹਨੂੰ ਬਚਾਉਣਾ। ਹੁਣ ਆ 5 ਲੱਖ ਰੁਪਈਆ ਵਾਧਾ ਪਿੰਡ ਵਾਸਤੇ ਆਇਆ, ਲੱਗੀ ਇੱਕ ਪੰਜੀ ਨਹੀਂ, ਕਮਿਊਨਿਟੀ ਹਾਲ ਪਿੰਡ ਚ ਕਿਤੇ ਲੱਭਦਾ ਨਹੀਂ, ਤੇ 5 ਲੱਖ ਰੁਪਈਆ ਉਹ ਛੱਕ ਗਏ ਹੈ। ਤੇ ਇਹ ਜਿਹੜਾ ਮੈਂ ਫਿਰ ਦੱਸਦਿਆਂ ਕਿ ਸਾਡੇ ਸੁਭਾਸ਼ ਵੀਰ ਜੀ ਹੈ ਜਿਨ੍ਹਾਂ ਨੇ RTI ਲਾ ਕੇ ਇਹ ਅੰਕੜੇ ਸਾਡੇ ਸਾਹਮਣੇ ਲੈ ਕੇ ਆਉਂਦੇ। ਬਹੁਤ ਵੱਡਾ ਮਾਮਲਾ ਹੈ, ਕੱਲ ਅਸੀਂ ਕੰਪਲੇਂਟ ਮਾਨਯੋਗ DC ਸਾਹਿਬ ਨੂੰ ਦੇਵਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਟਾਈਮ ਬੌਂਡ 5-7 ਦਿਨਾਂ ਦੇ ਵਿੱਚ ਵਿੱਚ ਇਹਦੀ ਜਾਂਚ ਕਰਾ ਕੇ ਜਿਹੜੇ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਿਆ ਜਾਵੇ, ਤੇ ਜਿਹੜਾ ਇਹ 5 ਲੱਖ ਰੁਪਏ ਦਾ ਗਬਨ ਹੋਇਆ ਉਹਦੀ ਰਿਕਵਰੀ ਉਹਨਾਂ ਸਾਰਿਆਂ ਨੂੰ ਵਿਆਜ ਸਮੇਤ ਪਾਈ ਜਾਵੇ। ਸੁਭਾਸ਼ ਜੀ, ਤੁਹਾਡੇ ਧਿਆਨ ਦੇ ਵਿੱਚ ਕਿਵੇਂ ਆਇਆ ਇਹ ਸਾਰਾ ਮਾਮਲਾ ਜੀ? ਅਸੀਂ ਇੱਕ RTI ਲਾਈ ਸੀ, RTI ਦੇ ਸਾਨੂੰ ਪਤਾ ਲੱਗਿਆ ਕਿ ਸਾਡੇ ਪਿੰਡ ਇੱਕ ਕਮਿਊਨਿਟੀ ਹਾਲ ਬਣ ਗਿਆ, ਪਰ ਸਾਨੂੰ ਤਾਂ ਕਿਤੇ ਕੋਈ ਇੱਥੇ ਵਿਖਿਆ ਨੀਗਾ, ਨਾ ਹੀ ਅਸੀਂ ਇੱਥੇ ਵੇਖਿਆ ਕੋਈ। ਪਰ ਜਿਹੜੇ ਕੰਮਾਂ ਵਾਸਤੇ ਗ੍ਰਾਂਟ ਆਉਂਦੀ ਹੈ, ਗ੍ਰਾਂਟ ਲੱਗਦੀ ਨੀ, ਪਿੰਡ ਦਾ ਬੁਰਾ ਹਾਲ ਹੈ, ਗਲੀਆਂ ਨਾਲੀਆਂ ਸਾਰੀਆਂ ਟੁੱਟੀਆਂ ਪਈਆਂ ਨੇ, ਕੋਈ ਕੰਮ ਨਹੀਂ ਹੋ ਰਿਹਾ, ਕੋਈ ਵਿਕਾਸ ਦਾ ਕੰਮ ਨਹੀਂ ਹੋ ਰਿਹਾ। ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਵੀ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਇਹਨਾਂ ਦੀ ਜਿਹੜੀ ਫੰਡ ਆਏ ਨੇ ਉਹ ਸਹੀ ਕੰਮਾਂ ਤੇ ਹੀ ਲਾਈ ਜਾਵੇ। ਕੋਈ ਸ਼ਿਕਾਇਤ ਕਰ ਰਹੇ ਹੋ ਜਿਵੇਂ ਦੀਪ ਜੀ ਨੇ ਦੱਸਿਆ? ਹਾਂਜੀ ਹਾਂਜੀ। ਕਿਹਨੂੰ ਕਰ ਰਹੇ ਹੋ? DC ਸਾਹਿਬ ਨੂੰ ਕਰਾਂਗੇ ਇੱਕ ਕੰਪਲੇਂਟ, ਤੇ ਬਣਦੀ ਕਾਰਵਾਈ ਕਰਨ ਅਸੀਂ ਆਸ ਉਮੀਦ ਕਰਦੇ ਹਾਂ ਕਰਨਗੇ। ਤੇ ਬਸ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਇੱਥੋਂ ਸਾਡੇ ਮਾਨਯੋਗ MLA ਨਰਿੰਦਰਪਾਲ ਸਵਣਾ ਜੀ ਹੈ, ਮੇਰੇ ਸਾਥੀ ਵੀ ਰਹੇ ਆ ਬਹੁਤ ਦਿਨ, ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਤੁਹਾਡਾ ਚੈਨਲ ਬਹੁਤ ਵੱਡਾ ਅਦਾਰਾ ਹੈ, ਮਿੰਟ 'ਚ ਗੱਲ ਉਹਨਾਂ ਤੱਕ ਪਹੁੰਚ ਜਾਣੀ। ਮੈਂ ਇਹ ਚਾਹੁੰਦਾ ਕਿ ਮੇਰੇ ਕੰਪਲੇਂਟ ਕਰਨ ਤੋਂ ਪਹਿਲਾਂ ਹੀ ਉਹ ਇਹਦੀ ਜਾਂਚ ਕਰਾ ਕੇ ਜਿਹੜੇ ਦੋਸ਼ੀ ਆ ਉਹਨਾਂ ਤੇ ਸਖਤ ਕਾਰਵਾਈ ਕਰ ਦੇਣ, ਤਾਂ ਇਹ ਠੀਕ ਰਹੂਗਾ। ਨਹੀਂ ਤਾਂ ਮੈਨੂੰ ਇਹ ਬਹੁਤ ਬੁਰਾ ਲੱਗਦਾ ਕਿ ਸਾਡੇ ਹੀ MLA, ਸਾਡੀ ਸਰਕਾਰ, ਚਾਹੇ ਮੈਂ ਹੁਣ ਪਾਰਟੀ ਛੱਡਤੀ ਹੈ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ 0 ਟੋਲਰੈਂਸ ਅਗੇਂਸਟ ਦਾ ਕਰਪਸ਼ਨ, ਪਰ ਫਿਰ ਵੀ ਜੇ ਇਹੋ ਜਿਹੇ ਐਡੇ ਐਡੇ ਵੱਡੇ ਧਾਂਦਲੀਆਂ ਕਪੜੇ ਹੋ ਜਾਣ
ਤੇ ਸਾਡੇ ਐਮਐਲਏ ਸਹਿਬਾਨ ਚੁੱਪ ਕਰਕੇ ਬੈਠੇ ਰਹਿਣ, ਸਾਡੇ ਆਫੀਸਰ ਸਹਿਬਾਨ ਚੁੱਪ ਕਰਕੇ ਬੈਠੇ ਰਹਿਣ, ਤਾਂ ਇਹ ਬਹੁਤ ਮਾੜੀ ਗੱਲ ਹੈ, ਇਹ ਠੀਕ ਨਹੀਂ। ਤਾਂ ਕੀ ਹੋ ਸਕਦਾ ਜੀ ਕੀ ਐਮਐਲਏ ਸਾਹਿਬ ਨੂੰ ਪਤਾ ਹੀ ਨਾ ਹੋਵੇ ਜੀ ਇਸ ਕਪਲੇ ਬਾਰੇ? ਹਾਂ ਮੈਂ ਉਹੀ ਕਹਿ ਰਿਹਾ, ਜੇ ਨਹੀਂ ਪਤਾ ਤਾਂ ਹੁਣ ਲੱਗ ਜਾਏਗਾ ਪਤਾ। ਤੁਹਾਡੇ ਚੈਨਲ ਤੇ ਆਉਣ ਤੋਂ ਬਾਅਦ ਇਹ ਗੱਲ ਸਾਰਿਆਂ ਤੱਕ ਪਹੁੰਚੇਗੀ, ਅਧਿਕਾਰੀਆਂ ਤੱਕ ਵੀ ਪਹੁੰਚੇਗੀ। ਕੱਲ ਅਸੀਂ ਆਫੀਸ਼ੀਅਲੀ ਕੰਪਲੇਂਟ ਵੀ ਜਿਹੜੀ ਦੇ ਦਾਂਗੇ, ਤੇ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਦੇ ਜਿਹੜੀ ਕਾਰਵਾਈ ਕਰਕੇ ਇਹਨਾਂ ਤੋਂ ਰਿਕਵਰੀ ਵੀ ਕੀਤੀ ਜਾਵੇ, ਵਿਦ ਇੰਟਰਸਟ ਜਿਹੜੀ ਰਿਕਵਰੀ ਕੀਤੀ ਜਾਵੇ, ਤੇ ਉਹ ਪੈਸਾ ਪਿੰਡ ਤੇ ਦੁਬਾਰਾ ਜਿਹੜਾ ਵਰਤਿਆ ਜਾਵੇ। ਜੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੋਗੇ? ਫਿਰ ਇੱਕੋ ਹੀ ਹੱਲ ਹੈ ਜੀ, ਧਰਨਾ ਹੱਲੇ ਤੱਕ ਸ਼ੁਰੂ ਨਹੀਂ ਕਰਿਆ ਕੰਮ, ਫਿਰ ਕਰਾਂਗੇ। ਦਰੀਆਂ ਗੱਡੀ 'ਚ ਪਈਆਂ ਤੇ ਭੈਣ ਭਰਾ ਸਾਰੇ ਨਾਲ ਹੈ ਪਹਿਲਾਂ ਦੀ ਤਰ੍ਹਾਂ, ਤੇ ਇਹੋ ਜਿਹੇ ਭ੍ਰਿਸ਼ਟਾਚਾਰ ਦੇ ਵਿਰੁੱਧ ਲੈ ਕੇ ਦਰੀਆਂ ਉੱਥੇ ਬੈਠ ਕੇ ਪ੍ਰਦਰਸ਼ਨ ਕਰਾਂਗੇ। ਜੇ ਅਫਸਰ ਨਹੀਂ ਜਾਗਣਾ ਚਾਹੁੰਦੇ, ਸਰਕਾਰ ਨਹੀਂ ਜਾਗਣਾ ਚਾਹੁੰਦੀ, ਫਿਰ ਜਗਾਉਣ ਵਾਸਤੇ ਜੋ ਵੀ ਕਰਨਾ ਪਿਆ ਉਹ ਕਰਾਂਗੇ। ਅਬੋਹਰ ਤੋਂ ਫਾਜ਼ਿਲਕਾ ਆਏ ਹੋ, ਤਾਂ ਹੋਰ ਕਿੰਨੇ ਕੁ ਜਿਹੜੇ ਮਸਲੇ ਇਹੋ ਜਿਹੇ ਤੁਹਾਡੇ ਸਾਹਮਣੇ ਆਏ? ਢੇਰ ਲੱਗਿਆ ਪਿਆ ਜੀ, ਰੋਜ਼ ਹੀ ਇੱਕ ਇੱਕ ਕਰਕੇ ਆਪਾਂ ਹੌਲੀ ਹੌਲੀ ਜਨਤਕ ਕਰਦੇ ਰਵਾਂਗੇ, ਕਿਉਂਕਿ ਜਿਸ ਮਕਸਦ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੈ, ਕਿਤੇ ਨਾ ਕਿਤੇ ਮੈਨੂੰ ਵੀ ਹੁਣ ਇਹ ਲੱਗਣ ਲੱਗ ਗਿਆ ਕਿ ਉਹ ਮਕਸਦ ਅਸੀਂ ਭਟਕ ਚੁੱਕੇ ਆ, ਅਸੀਂ ਫੇਰ ਗਲਤ ਰਾਹ ਤੇ ਪੈ ਗਏ ਆ ਪਹਿਲੀਆਂ ਸਰਕਾਰਾਂ ਵਾਲੇ ਤੇ, ਤਾਂ ਇਹ ਬਹੁਤ ਮਾੜੀ ਗੱਲ ਹੈ। ਪਰ ਅਸੀਂ ਜਿਹੜੇ ਸਾਡੇ ਵਰਗੇ ਨੌਜਵਾਨ ਰਾਜਨੀਤੀ 'ਚ ਆਏ, ਅਸੀਂ ਸਿਰਫ ਇਸ ਕਰਕੇ ਆਏ ਹਾਂ ਕਿ ਸਿਸਟਮ ਨੂੰ ਸੁਧਾਰਿਆ ਜਾ ਸਕੇ, ਠੀਕ ਕੀਤਾ ਜਾ ਸਕੇ, ਤਾਂ ਆਪਣੀ ਆਵਾਜ਼ ਬੁਲੰਦ ਕਰਦੇ ਰਵਾਂਗੇ।